ਇੰਡਸਏਜ ਐਂਡ ਫਰੈਂਡਸ ਵਰਲਡ ਟੀਵੀ ਤਰਫੋਂ ਮੈਂ ਵਰੁਣ ਤਿਵਾਰੀ ਤੇ ਅੱਜ ਮੇਰੇ ਨਾਲ ਨੇ ਮੁਹੰਮਦ ਆਰਿਫ ਲਾਹੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਸਿਡਨੀ ਦੀ ਧਰਤੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਫੇਰ ਦੁਬਾਰਾ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਮੈਂ ਸਭ ਤੋਂ ਪਹਿਲਾਂ ਜਤਿੰਦਰ ਜੀ ਤੇ ਨਾਲ ਸਾਰੇ ਆਰਗਨਾਈਜ਼ਰ ਤੇ ਨਾਲ ਆਰਗਨਾਈਜ਼ਰ ਦੀ ਕਿਹੜੀ ਸਾਡੇ ਕੋਲ ਬੈਸਟ ਟੀਮ ਹੈਗੀ ਹੈ, ਭੀਮ ਜੀ, ਦੇਵ ਜੀ ਤੇ ਨਾਲ ਉਹਨੇ ਕਹਿੰਦੇ ਹੈਗੇ ਰਾਜਾ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਅੱਜ ਤੁਹਾਡੇ ਨਾਲ ਇੱਥੇ ਸਿਡਨੀ ਦੀ ਧਰਤੀ ਦੇ ਦੁਆਰਾ ਗੱਲਬਾਤ ਕਰਨ ਦਾ ਮੌਕਾ ਮਿਲਿਆ। ਤੇ ਤੁਹਾਨੂੰ ਆਸਟ੍ਰੇਲੀਆ ਦਾ ਟੂਰ ਸਭ ਤੋਂ ਪਹਿਲਾਂ ਅਸੀਂ ਪੁੱਛਾਂਗੇ ਕਿੱਦਾਂ ਦਾ ਲੱਗ ਰਿਹਾ, ਕਿਉਂਕਿ 4 ਸ਼ੋਅ ਹੋ ਚੁੱਕੇ ਨੇ ਤੇ ਬਾਕੀ ਕੱਲ੍ਹ ਦੀ ਤਿਆਰੀ ਚੱਲ ਰਹੀ ਹੈ। ਹਾਂਜੀ, ਬਹੁਤ ਚੰਗਾ ਲੱਗ ਰਿਹਾ, ਬੜਾ ਵਧੀਆ ਲੱਗ ਰਿਹਾ। ਪਹਿਲੇ ਜਿਤਨੇ ਵੀ ਮੈਂ ਸ਼ੋਅਜ਼ ਕੀਤੇ ਨੇ ਉਹਨਾਂ ਦਾ ਹਰ ਟੂਰ ਦਾ ਨਾ ਇੱਕ ਮੂਡ ਹੁੰਦਾ, ਇੱਕੋ ਦਾ ਕੋਈ ਔਰ ਆਉਂਦਾ ਕਿ ਤੁਸੀਂ ਬਿਆਨ ਕੀ ਕਰਨਾ ਚਾਹ ਰਹੇ ਹੋ। ਸੋ ਇਸ ਵਾਰੀ ਇੱਕ ਬਿਹਤਰੀਨ ਜਿਹੜੀ ਕਾਵਿਸ਼ ਕੀਤੀ ਹੈ ਉਹ ਜਤਿੰਦਰ ਭਾਅ ਜੀ ਨੇ, ਬਹੁਤ ਪਿਆਰਾ ਇੱਕ ਸ਼ੋਅ, ਫੈਮਿਲੀ ਸ਼ੋਅ ਬਣਾਇਆ ਜਿਹੜਾ ਕਿ ਹਰ ਏਜ ਗਰੁੱਪ, ਯਾਨੀ 80 ਸਾਲ ਦਾ ਬੱਚਾ ਵੀ ਅਤੇ 50 ਸਾਲ ਦਾ ਬੱਚਾ ਵੀ, 25 ਸਾਲ ਦਾ ਬੱਚਾ ਅਤੇ 5 ਸਾਲ ਦਾ ਬੱਚਾ, ਸਾਰੇ ਇੱਕੋ ਸ਼ੋਅ ਦੇ ਵਿੱਚ ਇਕੱਠੇ ਹੋ ਜਾਂਦੇ। ਔਰ ਦੂਜੀ ਗੱਲ ਕਿ ਮੇਰੀਆਂ ਭੈਣਾਂ, ਧੀਆਂ, ਮਾਵਾਂ, ਬਜ਼ੁਰਗ ਸਭ ਲੋਕ ਇੱਕ ਫੈਮਿਲੀ ਸ਼ੋਅ, ਬੱਚੀਆਂ ਜਿਹੜੀਆਂ ਆ ਕੇ ਇੰਜੋਏ ਕਰਦੀਆਂ, ਆਪਣੀ ਲੈਂਗੁਏਜ ਨੂੰ ਸੁਣਦੀਆਂ ਨੇ, ਆਪਣੀ ਮਾਂ ਬੋਲੀ ਨੂੰ, ਅਤੇ ਬੜਾ ਇੱਕ ਚੰਗਾ ਫੀਲ ਹੁੰਦਾ। ਕਿਉਂਕਿ ਗੱਲ ਹੈ ਕਿ ਹਰ ਦੌਰੇ ਦੇ ਵਿੱਚ ਕੋਈ ਨਾ ਕੋਈ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲਦੀ, ਅਤੇ ਇਸ ਵਾਰੀ ਜਿਹੜਾ ਮੈਨੂੰ ਉਹ ਇਹ ਮਿਲਿਆ ਕਿ ਬੇਸ਼ੁਮਾਰ ਮੇਰੇ ਚਾਹਣੇ ਵਾਲਿਆਂ ਦੀਆਂ, ਪਿਆਰ ਕਰਨ ਵਾਲਿਆਂ ਦੀਆਂ ਢੇਰ ਸਾਰੀਆਂ ਦੁਆਵਾਂ ਮਿਲ ਰਹੀਆਂ ਨੇ ਜਿਹੜੀਆਂ ਕਿ ਸਾਡੀ ਮਾਂ ਬੋਲੀ ਦੀ ਰਾਹੀਂ ਹੈ। ਤੋ ਬਹੁਤ ਚੰਗਾ ਲੱਗ ਰਿਹਾ ਕਿ ਅਸੀਂ ਜ਼ਮੀਨ ਨਾਲ ਜੁੜਿਆ ਹੋਇਆ ਇੱਕ ਐਸਾ ਪ੍ਰੋਗਰਾਮ ਕਰਦੇ ਪਏ ਹਾਂ ਜਿਹਦੇ ਨਾਲ ਕਿ ਲੋਕਾਂ ਵਿੱਚ, ਬੱਚਿਆਂ ਵਿੱਚ ਖਾਸ ਤੌਰ 'ਤੇ ਆਪਣੇ ਮਾਂ ਬੋਲੀ ਦੀ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਮਿਲ ਰਹੀ। ਅਰੇ ਜੀ, ਤੁਸੀਂ ਪੂਰੀ ਦੁਨੀਆ ਦੇ ਵਿੱਚ ਸ਼ੋਅਜ਼ ਕੀਤੇ ਨੇ ਅਤੇ ਸਾਰੀ ਦੁਨੀਆ ਤੋਂ, ਮੈਨੂੰ ਲੱਗਦਾ ਕਿ ਪੂਰੀ ਦੁਨੀਆ ਤੋਂ ਮੇਰੇ ਖਿਆਲ ਨਾਲ ਕੋਈ ਇੱਦਾਂ ਦਾ ਇੰਡੀਅਨ ਪੰਜਾਬੀ ਕੋਈ ਇੱਦਾਂ ਦਾ ਬੰਦਾ ਨਹੀਂ ਹੈ ਕਿਹੜਾ ਤੁਹਾਨੂੰ ਨਹੀਂ ਜਾਣਦਾ ਅਤੇ ਤੁਹਾਨੂੰ ਕਿਹੜਾ ਪਿਆਰ ਨਹੀਂ ਕਰਦਾ। ਤੁਹਾਨੂੰ ਜਦ ਤੁਸੀਂ ਗਾਉਂਦੇ ਹੋ ਸਾਡੇ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਅਤੇ ਗੱਲ ਕਰਦੇ ਹਾਂ ਜੁਗਨੀ ਦੀ, ਜੁਗਨੀ ਜਦ ਆਈ ਤੁਸੀਂ ਉਹਨੂੰ ਇੱਕ ਡਿਫਰੈਂਟ ਟ੍ਰੈਂਡ ਦੇ ਨਾਲ ਲੈ ਕੇ ਆਏ ਸੀਗੇ, ਅਤੇ ਜਦ ਉਸ ਟਾਈਮ ਜ਼ਮਾਨਾ ਸੀਗਾ ਜਿਸ ਟਾਈਮ ਗਾਣੇ ਦੇ ਵਿੱਚ ਸਟੋਰੀ ਬੋਰਡ ਚੱਲਦੀ ਸੀ, ਲੇਕਿਨ ਤੁਸੀਂ ਲੈ ਕੇ ਆਏ ਸੀਗੇ ਸਟੇਜ ਦੇ ਉੱਤੇ ਉਹਨੂੰ ਕਲੈਬਰ ਕਰਕੇ, ਅਤੇ ਉਸ ਟਾਈਮ ਅਤੇ ਹੁਣ ਦੇ ਟਾਈਮ ਦੇ ਵਿੱਚ ਉਹ ਮੀਨਸ ਕੀ ਡਿਫਰੈਂਸ ਆਇਆ? ਬਿਕੋਜ਼ ਸਾਰੀ ਤਰਫੋਂ ਪਿਆਰ ਤਾਂ ਉਨਾ ਹੀ ਹੈ, ਲੇਕਿਨ ਓ ਟੀ ਟੀ ਪਲੈਟਫਾਰਮ ਵੀ ਆ ਗਏ ਆ, ਤੁਸੀਂ ਕਿੰਨੀਆਂ ਸਾਰੀਆਂ ਮੂਵੀਜ਼ ਕੀਤੀਆਂ ਆ, ਅਤੇ ਉਹਦੇ ਵਿੱਚ ਕੀ ਟੈਕਨੋਲੋਜੀ ਵਾਈਜ਼ ਜਾਂ ਬਾਕੀ ਚੀਜ਼ਾਂ ਦੇ ਵਿੱਚ ਕੀ ਫਰਕ ਆਇਆ? ਟੈਕਨੋਲੋਜੀ ਬਿਲਕੁਲ ਠੀਕ ਹੈ ਜੀ, ਵਜੂਦ ਹੈ ਟੈਕਨੋਲੋਜੀ ਦਾ, ਲੇਕਿਨ ਮੈਂ ਸਮਝਦਾ ਕਿ ਜਦੋਂ ਕੋਈ ਰੱਬੋਂ ਚੀਜ਼ ਬਣਦੀ ਹੈ ਨਾ ਜੀ, ਉਹ ਇੱਕ ਟਾਈਮ ਠਹਿਰ ਜਾਂਦਾ, ਉਹਨੂੰ ਤੁਸੀਂ ਜਦੋਂ ਰਿਪੀਟ ਸੁਣਦੇ ਹੋ ਜਾਂ ਕਦੀ ਵੀ, ਅੱਜ ਵੀ ਤੁਸੀਂ ਦੇਖੋ ਨਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈ ਹੈ, ਉਹਨੂੰ ਸੁਣੋ ਤਾਂ ਉਹਦੀ ਇੱਕ ਚਾਸ਼ਨੀ ਵੱਖਰੀ, ਅਤੇ ਉਹਦਾ ਮਜ਼ਾ ਉਸੇ ਜਗ੍ਹਾ 'ਤੇ ਠਹਿਰਿਆ ਹੋਇਆ। ਸੋ ਜਿਹੜੀਆਂ ਕੁਛ ਮੂਵਮੈਂਟਾਂ ਹੁੰਦੀਆਂ ਨੇ, ਜਿਹੜੀ ਕੁਛ ਰੱਬੋਂ ਹੋ ਜਾਂਦੀਆਂ ਨੇ, ਕਹਿੰਦਾ ਬੰਦਾ ਕਰੇ ਕਵੱਲੀਆਂ ਅਤੇ ਸੋਹਣਾ ਰੱਬ ਕਰੇ ਸਵੱਲੀਆਂ। ਸੋ ਮੈਂ ਸਮਝਦਾ ਕਿ ਕੁਛ ਐਸੀਆਂ ਮੂਵਮੈਂਟਾਂ ਹੁੰਦੀਆਂ ਨੇ ਜਿਹੜੀਆਂ ਕਿ ਲੋਕਾਂ ਦੇ ਅੰਦਰ ਠਹਿਰ ਜਾਂਦੀਆਂ ਨੇ। ਸੋ ਉਹਨਾਂ ਵਿੱਚੋਂ ਇੱਕ ਮੂਵਮੈਂਟ ਐਸੀ ਸੀ ਜਿਹੜੀ ਜੁਗਨੀ ਦੀ ਮੈਂ ਗਾਈ, ਅਤੇ ਉਹ ਲੋਕਾਂ ਦੇ ਦਿਲਾਂ ਨੂੰ ਟੱਚ ਕੀਤੀ। ਮੈਂ ਸਮਝਦਾ ਮੇਰੇ ਰੱਬ ਦਾ ਬੜਾ ਕਰਮ। ਇਸ ਟਾਈਮ ਕਿਹੜੀ ਪੂਰੀ ਦੁਨੀਆਂ 'ਚ ਪਿਆਰ ਮਿਲ ਰਿਹਾ, ਆ ਤੈਨੂੰ ਮੌਜ ਕਰਾਵਾਂ, ਅਤੇ ਉਹ ਚਿਪਸ ਦੀ ਕਹਾਣੀ ਤਾਂ ਹੁਣ ਸਾਰਿਆਂ ਨੂੰ ਪਤਾ ਆ, ਹੁਣ ਕੋਈ ਉਹ ਚੀਜ਼ ਕੀ ਕਿਹੜੀ ਕਿ ਤੁਹਾਨੂੰ ਹੁਣ ਨਵੀਂ ਹਰ ਚੀਜ਼ ਦੇ ਉੱਤੋਂ ਕੋਈ ਨਾ ਕੋਈ ਨਵਾਂ ਗਾਣਾ ਨਿਕਲਣ ਦੀ ਪਲੈਨਿੰਗ ਚੱਲ ਰਹੀ ਹੈ?
ਨਹੀਂ ਐਸਾ ਨਹੀਂ, ਇੱਕ ਫੀਲ ਸੀ ਜਿਹੜੀ ਬਿਆਨ ਕੀਤੀ। ਮੌਜ ਕਦੋਂ ਕਰਦਾ, ਮੇਰਾ ਸਵਾਲ ਤੁਹਾਨੂੰ ਹੈ ਜੀ, ਕਿ ਬੰਦਾ ਮੌਜ ਕਦੋਂ ਕਰਦਾ? ਜਦ ਆਪਾਂ ਆਪਣੀ ਫੈਮਿਲੀ ਦੇ ਨਾਲ ਪਿਆਰ ਐਂਡ ਆਸ਼ੀਰਵਾਦ ਨੇੜੇ ਨੇੜੇ ਹੋ। ਹਾਂਜੀ ਬਿਲਕੁਲ। ਸਭ ਤੋਂ ਜ਼ਿਆਦਾ ਮੌਜ ਪਤਾ ਕਦੋਂ ਹੁੰਦੀ? ਜਦੋਂ ਮਾਂ ਪਿਓ ਸਿਰ 'ਤੇ ਸਲਾਮਤ ਹੋਣ, ਅਤੇ ਬਚਪਨ ਦੀ 4 ਤੋਂ 5 ਸਾਲ ਦੀ ਉਮਰ ਹੋਵੇ, ਜਿਹਦੇ 'ਚ ਅਜੇ ਜ਼ੇਨ ਮਚੂਰ ਹੋ ਰਿਹਾ ਹੋਵੇ, ਦੇਖ ਰਿਹਾ ਹੋਵੇ ਮਿੱਠੀਆਂ ਚੀਜ਼ਾਂ ਕਿਹਨੂੰ ਕਹਿੰਦੇ ਨੇ, ਕੌੜੀਆਂ ਕਿਹਨੂੰ ਕਹਿੰਦੇ ਨੇ, ਸੋ ਇਹਦੇ 'ਚ ਅਜੇ ਵੰਡ ਪਾ ਰਿਹਾ ਹੁੰਦਾ ਬੱਚਾ, ਅਤੇ ਉਹ ਹੀ ਮੌਜ ਹੁੰਦੀ। ਉਹਦੇ ਬਾਅਦ ਫਿਰ ਇਨਸਾਨ ਉਸ ਮੌਜ ਨੂੰ ਲੱਭਣ ਵਾਸਤੇ ਆਪਣੀ ਮੌਜ ਪੈਦਾ ਕਰ ਲੈਂਦਾ, ਫਿਰ ਰੱਬ ਆਪਣੇ ਪੁੱਤਰਾਂ ਦੇ ਆਰੇ ਉਹਨਾਂ ਨੂੰ ਲਾ ਦਿੰਦਾ, ਧੀਆਂ ਪੁੱਤਰਾਂ ਦੇ। ਸੋ ਇਹ ਹੀ ਮੌਜ ਹੈਗੀ, ਅਤੇ ਅੱਗੋਂ ਜਿਹੜਾ ਨਾ ਅੱਖੀਆਂ ਦੇ ਵਿੱਚ ਤੂੰ ਹੈ, ਦਿਲ ਮੇਰੇ 'ਚ, ਔਰ ਔਲਾਦ ਤੋਂ ਵੱਧ ਕੇ ਕੋਈ ਚੀਜ਼ ਤੁਹਾਨੂੰ ਦੁਨੀਆਂ ਦੀ ਕੋਈ ਚੰਗੀ ਨਹੀਂ ਲੱਗਦੀ, ਅਤੇ ਇੱਥੋਂ ਵੱਖ ਮੈਂ ਜੀ ਨਹੀਂ ਸਕਦਾ, ਦੂਰ ਮੇਰੇ ਤੋਂ ਕਿਉਂ ਹੈ। ਸੋ ਇਹ ਚੀਜ਼ਾਂ ਕੁਛ ਮੈਂ ਆਪਣੇ ਅੰਦਾਜ਼ ਨਾਲ ਬਿਆਨ ਕੀਤੀਆਂ, ਔਰ ਉਹਨੂੰ ਟਿਕਟੋਕ ਦੇ ਉੱਤੇ ਜਿਹੜੇ ਲੋਕਾਂ ਨੇ ਦਿਲਾਂ ਦੇ ਰਾਹੀਂ ਉਹਨੂੰ ਸੁਣਿਆ, ਉਹਨਾਂ ਨੇ ਬੜਾ ਅੱਛਾ ਰਿਪਲਾਈ ਦਿੱਤਾ, ਔਰ ਉਹਨਾਂ ਨੇ ਉਹ ਹੀ ਕੰਮ ਕੀਤਾ, ਯਾਨੀ ਆਪਣੇ ਬੱਚਿਆਂ ਦੇ ਨਾਲ ਰੀਲਾਂ ਬਣਾ ਰਹੇ ਨੇ ਔਰ ਆਪਣੇ ਪੇਰੈਂਟਸ ਦੇ ਨਾਲ ਬਣਾ ਰਹੇ ਨੇ। ਸੋ ਮੈਨੂੰ ਬਹੁਤ ਅੱਛਾ ਇੱਕ ਪੋਜ਼ਿਟਿਵ ਜਿਹੜੀ ਨਾ ਉਹ ਮੈਨੂੰ ਉਹਦੀ ਮੈਂ ਫੀਡਬੈਕ ਆਈ। ਤੁਸੀਂ ਇੱਕਦਮ ਸਹੀ ਕਿਹਾ, ਮੀਨਜ਼ ਜਦ ਤੁਹਾਡਾ ਨਾਮ ਆਉਂਦਾ ਆ, ਮੇਰੇ ਆਪਣੇ ਮੰਮੀ ਪਾਪਾ ਹੈ ਨਾ, ਤੁਹਾਡਾ ਨਾਮ ਲੈ ਕੇ ਮੇਰੇ ਪਾਪਾ ਕਹਿੰਦੇ ਕਿ ਤੁਹਾਡੇ ਨੂੰ ਤਾਂ ਮਿਲਣਾ ਹੀ ਮਿਲਣਾ ਆ ਕਰਕੇ, ਐਂਡ ਮੈਨੂੰ ਇੰਡੀਆ ਤੋਂ ਕਾਲਸ ਆਉਂਦੀਆਂ ਆ, ਮੈਨੂੰ ਨਰੇਸ਼ ਤਿਵਾੜੀ ਜੀ ਦਾ ਫੋਨ ਆਇਆ ਤੁਸੀਂ ਇੰਡੀਆ ਉਹਨਾਂ ਕੋਲ ਜਾ ਕੇ ਆਏ, ਅਤੇ ਹੁਣ ਕਿੰਨੇ ਤੁਹਾਡੇ ਕਿਹੜੇ ਗਾਣੇ, ਕਿਹੜਾ ਤੁਹਾਡੀ ਕਿਹੜੀ ਫੀਲ ਆਉਂਦੀ, ਸਾਰਿਆਂ ਨੂੰ ਪਿਆਰ ਮਿਲਦਾ। ਹੁਣ ਤੁਸੀਂ ਗੱਲ ਕੀਤੀ ਬੱਚਿਆਂ ਦੀ, ਹੁਣ ਤੁਹਾਡੇ 3 ਬੱਚੇ ਪਰਫੋਰਮ ਕਰ ਰਹੇ, ਬਹੁਤ ਹੀ ਵਧੀਆ ਪਰਫੋਰਮ ਕਰ ਰਹੇ ਨੇ, ਅਤੇ ਇੱਕ ਸਪਨਾ ਹੁੰਦਾ ਸਾਰਿਆਂ ਦਾ ਕਿ ਇਹ ਜਨਰੇਸ਼ਨ ਅੱਗੇ ਕੰਮ ਕਰੇ, ਨਾਲ ਕਰੇ, ਅਤੇ ਹਾਲੇ ਜਾਣਾ ਆਉਣਾ ਸਾਡਾ ਉਦੋਂ ਸੀ ਜਦੋਂ ਮੋਦੀ ਸਰਕਾਰ ਨੇ ਸੀ ਜੀ, ਜਦੋਂ ਮੋਦੀ ਸਰਕਾਰ ਆਈ ਉਹਦੇ ਬਾਅਦ ਸਾਡਾ ਆਉਣਾ ਜਾਣਾ ਬੰਦ ਹੋ ਗਿਆ, ਕਿਉਂਕਿ ਇੱਕ ਸਕਾਫਤੀ ਬ੍ਰਿਜ ਬਣਦਾ, ਔਰ ਸਕਾਫਤ ਜਿਹੜੀ ਹੈ ਉਹਦੇ ਰਾਹੀਂ ਤੁਸੀਂ ਅਮਨ ਦਾ, ਪਿਆਰ ਦਾ ਪੈਗਾਮ ਪਹੁੰਚਾਉਂਦੇ ਹੋ ਇੱਕ ਦੂਸਰੇ ਦੇ ਰਾਹੀਂ। ਸੋ ਉਹਦੇ ਬਾਅਦ ਫਿਰ ਮੈਂ ਨਹੀਂ ਜਾ ਸਕਿਆ, ਜਦੋਂ ਦੀ ਤੁਸੀਂ ਗੱਲ ਕਰਦੇ ਹੋ ਉਦੋਂ ਬਹੁਤ ਅਰਸਾ ਪਹਿਲੇ ਦੀ ਗੱਲ ਜੀ, ਮੇਰਾ ਕਿਹਾ 10 ਸਾਲ ਹੋ ਗਏ, 10 ਤੋਂ ਜ਼ਿਆਦਾ ਤੋਂ ਜ਼ਿਆਦਾ ਗੱਲ ਹੋ ਗਿਆ ਕਿ ਨਰੇਸ਼ ਤਿਵਾਰੀ ਜੀ ਉਹਨਾਂ ਨੇ ਬੜਾ ਇਵੈਂਟ ਕੀਤਾ ਸੀਗਾ, ਅਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੀ ਕਿਹੜੀ ਇੰਨੀ ਲੰਬੀ ਕਿਹੜੀ ਜਰਨੀ ਆ, ਇਹਦੇ ਵਿੱਚ ਤੁਸੀਂ ਕਿੰਨੀਆਂ ਫਿਲਮਾਂ ਕਰ ਚੁੱਕੇ ਹੋ, ਮੀਨਸ ਮੋਰ ਦੈਨ 50 ਤੁਸੀਂ ਫਿਲਮਾਂ ਕੀਤੀਆਂ, 3000 ਗਾਣੇ ਕੀਤੇ ਆ? ਹਾਂਜੀ, ਮੈਂ ਤਕਰੀਬਨ 46 ਫਿਲਮਾਂ ਕੀਤੀਆਂ ਜੀ, 46 ਮੂਵੀਜ਼ ਮੈਂ ਕੀਤੀਆਂ ਜੀ, ਔਰ ਉਹਦੇ 'ਚ ਸਿਰਫ ਕੀ ਕਹਿੰਦੇ ਨੇ ਕਿ ਬਾਰ ਬਾਰ ਮੈਂ ਉਸੇ ਅੜੇਕੇ 'ਤੇ ਆਉਣਾ, ਉਸੇ ਗੱਲ 'ਤੇ ਆਉਣਾ, ਉਸੇ ਬਾਤ 'ਤੇ ਆਉਣਾ, ਬੇਸ਼ੁਮਾਰ ਰੱਬ ਨੇ ਬੜੇ ਬੜੇ ਵਸਬਾਂ ਵਾਲੇ ਲੋਕ ਪੈਦਾ ਕੀਤੇ ਨੇ, ਬੜੇ ਬੜੇ ਰੱਬ ਨੇ ਮੁਕੱਦਰਾਂ ਵਾਲੇ ਲੋਕ ਪੈਦਾ ਕੀਤੇ ਹੋਏ ਨੇ, ਅਤੇ ਮੈਂ ਤਾਂ ਇੱਕ ਜ਼ਰੇ ਬਰਾਬਰ ਨਹੀਂ ਅੱਲਾ ਦੀ ਇਸ ਮਖਲੂਕ ਦੇ ਵਿੱਚ। ਮੈਂ ਸਮਝਣਾ ਕਿ ਜਿੰਨਾ ਹੋ ਸਕੇ ਮੇਰੇ ਵੱਲੋਂ ਪਿਆਰ ਦਾ ਮੈਸੇਜ ਕੋਈ ਜਾ ਸਕਦਾ, ਮੇਰੀ ਰੂਹ ਰਾਹੀਂ ਕਿਸੇ ਬੰਦੇ ਨੂੰ ਕੋਈ ਸਕੂਨ ਮਿਲ ਸਕਦਾ ਕਿਸੇ ਵੀ ਤਰੀਕੇ ਨਾਲ, ਯਾਨੀ ਕਿ ਇੱਕ ਪੋਜ਼ਿਟਿਵਿਟੀ ਮਿਲ ਸਕਦੀ ਹੈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਿਹਦੇ ਵਿੱਚ ਕਿ ਇਨਸਾਨ ਆਪਣੇ ਟਾਈਮਿੰਗ ਦੇ ਵਿੱਚ ਫਸਿਆ ਹੋਇਆ, ਕਦੀ ਇੱਥੇ ਕਦੀ ਉੱਥੇ ਕਦੀ ਹੈ, ਸੋ ਇਸ ਇੱਕ ਭਾਗਦੌੜ ਦੇ ਵਿੱਚ ਇੱਕ ਇਹਦੇ ਰਾਹੀਂ ਕੋਈ ਅੱਛਾ ਜਿਹਾ ਕੋਈ ਮੈਸੇਜ ਚਲਾ ਜਾਂਦਾ, ਅਤੇ ਮੈਨੂੰ ਬੜੀ ਅੱਛੀ ਫੀਲ ਆਉਂਦੀ ਬਹੁਤ। ਇਹ ਰੱਬ ਕਰਦਾ, ਇਨਸਾਨ ਦੇ ਵੱਸ ਨਹੀਂ ਹੈ, ਇਹ ਬੰਦੇ ਦੇ ਵੱਸ ਨਹੀਂ ਹੈ। ਕੋਈ ਆਉਣ ਵਾਲੀ ਕੋਈ ਫਿਲਮ ਤੁਹਾਡੇ ਜ਼ਿਹਨ 'ਚ ਹੋਵੇ ਕਿ ਮੈਂ ਵੀ ਕੋਈ ਫਿਲਮ ਲੈ ਕੇ ਆਵਾਂ? ਨਹੀਂ, ਫਿਲਮ ਤਾਂ ਨਹੀਂ, ਮੇਰੇ ਸੌਂਗ ਆ ਰਹੇ ਨੇ, ਕਿਉਂਕਿ ਮੈਂ ਬੜਾ ਟਰੂਲੀ ਬੋਲਣਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਚਾਹਣ ਵਾਲੇ ਨੂੰ ਇੱਕ ਸੁੱਚਾ ਅਤੇ ਸੱਚਾ ਜਿਹੜਾ ਮੈਸੇਜ ਉਹ ਪਹੁੰਚਾਉਂਦਾ ਰਹਾਂ। ਜਦੋਂ ਆਏਗੀ ਫਿਲਮ ਵੀ, ਫਿਲਮ ਦੇ ਬਾਰੇ 'ਚ ਅਸੀਂ ਕਰ ਰਹੇ ਹਾਂ ਕੁਛ
ਰਾਤ ਨੂੰ ਥੋੜ੍ਹੀ ਜਿਹੀ ਡਿਸਕਸ਼ਨ ਹੋਈ ਹੈ ਅਤੇ ਉਹਦੇ 'ਚ ਕੋਈ ਇਨਸ਼ਾਅੱਲਾ ਕੋਈ ਐਸਾ ਕੋਈ ਰਸਤਾ ਬਣਿਆ ਅਤੇ ਜ਼ਰੂਰ ਇੱਕ ਬਿਹਤਰੀਨ ਜਿਹੜਾ ਕੋਈ ਕੋਸ਼ਿਸ਼ ਕਰਾਂਗੇ ਕਿ ਸਾਡੇ ਰਾਹੀਂ ਕੋਈ ਖੂਬਸੂਰਤ ਜਿਹਾ ਮੈਸੇਜ, ਕੋਈ ਪਿਆਰ ਦਾ ਮੁਹੱਬਤ ਦਾ ਭਰਿਆ ਹੋਇਆ, ਕੋਈ ਆਲਾ ਜਿਹਦੇ 'ਚ ਤਜਰਬਾ ਹੋਵੇ ਆਪਣਾ, ਆਪਣੀ ਜ਼ਾਤੀ ਜ਼ਿੰਦਗੀ ਦਾ, ਉਹ ਬਿਆਨ ਕੀਤਾ ਜਾਵੇ। ਕਿਆ ਬਾਤ ਹੈ ਜੀ, ਜਿਸ ਤਰ੍ਹਾਂ ਤੁਸੀਂ ਪਰਫੋਰਮ ਕਰਦੇ ਹੋ ਸਾਡੇ ਸਾਰਿਆਂ ਦੇ ਰੋਂਗਟੇ ਖੜੇ ਹੁੰਦੇ, ਜਦ ਤੁਸੀਂ ਚਿਮਟੇ ਨਾਲ ਪਰਫੋਰਮ ਕਰਦੇ ਹੋ ਸਪੈਸ਼ਲੀ, ਐਂਡ ਮੈਂ ਤੁਹਾਨੂੰ ਇੱਕ ਪਰਸਨਲੀ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਤੁਹਾਡਾ ਕਿਹੜਾ ਪਹਿਲਾ ਸ਼ੋਅ ਇੱਥੇ ਹੋਇਆ ਸੀਗਾ ਆਸਟ੍ਰੇਲੀਆ ਦੇ ਵਿੱਚ, ਉਹਦੇ ਵਿੱਚ ਮੈਨੂੰ ਵੀਡੀਓ ਮਿਕਸਰ ਮੈਂ ਪਹਿਲਾਂ ਪਾਇਆ ਸੀਗਾ, ਅਤੇ ਕਰਕੇ ਮੇਰਾ ਵੀਡੀਓ ਜਦ ਸ਼ੂਟਸ ਦਾ ਕੰਮ ਸੀਗਾ, ਅਤੇ ਉਹ ਮੈਂ ਤੁਹਾਡੇ ਤੋਂ ਆਪਣੀ ਲਾਈਫ ਦੀ ਸ਼ੁਰੂਆਤ ਕੀਤੀ ਸੀਗੀ ਕਰਕੇ, ਐਂਡ ਕੁਛ ਚੀਜ਼ਾਂ ਦੇ। ਲੇਕਿਨ ਜਦ ਤੁਸੀਂ ਚਿਮਟੇ ਨਾਲ ਪਰਫੋਰਮ ਕਰਦੇ ਹੋ, ਤੁਸੀਂ ਕਿਹੜੀ ਕਿਸ ਉਮਰ ਤੋਂ ਇਸ ਇੰਸਟਰੂਮੈਂਟ ਨਾਲ ਜੁੜੇ ਸੀ? ਇਹ ਇੰਸਟਰੂਮੈਂਟ ਜਿਹੜਾ ਸਦੀਆਂ ਪੁਰਾਣਾ, ਇਹਦੀ ਕੋਈ ਲਿਮਿਟ ਨਹੀਂ ਜਦੋਂ ਦੁਨੀਆ ਤਖਲੀਕ ਹੋਈ ਅਤੇ ਕਿਹੜੇ ਵੇਲੇ, ਕਿਉਂਕਿ ਲੋਹੇ ਨੂੰ ਹਮੇਸ਼ਾ ਅਸਲੇ ਦੇ ਤੌਰ 'ਤੇ ਇਸਤੇਮਾਲ ਕੀਤਾ ਗਿਆ, ਔਰ ਇੱਕ ਪੁਰਾਣੀ ਕਹਾਵਤ ਹੈ, ਔਰ ਉਦੋਂ ਕਿਸੇ ਦਰਵੇਸ਼ ਦੇ ਹੱਥ 'ਚ ਪਤਾ ਨਹੀਂ ਕਿਸੇ ਇਨਸਾਨ ਨੇ ਕੋਈ ਚਿਮਟਾ ਕਨਸੀਵ ਕੀਤਾ ਹੋਣਾ, ਅਤੇ ਲੋਹੇ ਦੇ ਰਾਹੀਂ ਲੋਕਾਂ ਤੱਕ ਇੱਕ ਅਮਨ ਦਾ, ਪਿਆਰ ਦਾ, ਮੁਹੱਬਤ ਦਾ ਮੈਸੇਜ ਪਹੁੰਚਾਇਆ, ਤਾਂ ਕਿਸੇ ਫਕੀਰ ਨੇ, ਕਿਸੇ ਦਰਵੇਸ਼ ਨੇ ਪਹੁੰਚਾਇਆ ਹੋਵੇਗਾ। ਫਿਰ ਅੱਗੇ ਚੱਲ ਕੇ ਆਉਂਦਾ ਗੱਲ ਕਿ ਕੁਛ ਲੋਕ ਕੁਝ ਚੀਜ਼ਾਂ ਵਾਸਤੇ ਬਣਦੇ ਨੇ, ਕੁਝ ਚੀਜ਼ਾਂ ਕੁਝ ਲੋਕਾਂ ਵਾਸਤੇ ਬਣਦੀਆਂ ਨੇ, ਫਿਰ ਇਸ ਤਰ੍ਹਾਂ ਹੀ ਕਰਕੇ ਹੀ ਕਾਲਮ ਲੁਹਾਰ ਪੈਦਾ ਹੁੰਦਾ, ਜਨਮ ਹੁੰਦਾ ਉਹਦਾ, ਇੱਕ ਲੁਹਾਰ ਫੈਮਿਲੀ ਦੇ ਵਿੱਚ ਲੋਹਾ ਸਾਡੇ ਬਿਲਕੁਲ ਕਰੀਬ ਹੁੰਦਾ, ਤਾਂ ਲੋਹੇ ਦੇ ਨਾਲ ਕਿਉਂਕਿ ਇੱਕ ਉਹਦਾ ਤਾਲੁਕ ਦੀ ਵਜ੍ਹਾ ਕਰਕੇ, ਕਿਉਂਕਿ ਅਸੀਂ ਲੁਹਾਰ ਹਾਂ ਅਤੇ ਲੁਹਾਰ ਜਿਹੜੇ ਹੁੰਦੇ ਨੇ ਅਤੇ ਉਹਨਾਂ ਦਾ ਲੋਹੇ ਦਾ ਕੰਮ ਹੁੰਦਾ, ਅਤੇ ਉਹ ਮੇਰੇ ਵਾਲ ਸਾਹਿਬ ਦੇ ਇੱਕ ਹਿੱਸੇ 'ਚ ਚਿਮਟੇ ਦੀ ਸ਼ਕਲ 'ਚ ਆਇਆ, ਅਤੇ ਔਰ ਇੱਕ ਮਸ਼ਹੂਰ ਆਲਮ ਲੁਹਾਰ ਹੋਇਆ ਜਿਹਦੇ ਹੱਥ 'ਚ ਚਿਮਟਾ ਸੀ। ਫਿਰ ਉਹਨੂੰ ਦੁਆ ਉਸ ਸ਼ਖਸੀਅਤ ਨੂੰ ਲੱਗੀ ਕਿ ਜਾਂ ਤੇਰਾ ਨਾਮ ਕਾਇਮੋ ਦਾਇਮ ਰਵੇ, ਸ਼ਾਇਦ ਉਸ ਦੁਆ ਦਾ ਕੋਈ ਅਸਰ ਹੈ ਜਿਹੜਾ ਕੋਈ ਰੱਬ ਨੇ ਕੀਤਾ, ਅੱਗੋਂ ਮੈਨੂੰ ਲਿਆ ਉਸੇ ਘਰ 'ਚ ਪੈਦਾ ਕੀਤਾ। ਔਰ ਫੋਕ ਆਰਟਿਸਟ ਜਿਹੜਾ ਬਣਾਇਆ ਨਹੀਂ ਜਾਂਦਾ ਅਕੈਡਮੀਆਂ 'ਚ, ਤੁਸੀਂ ਇਹ ਨਹੀਂ ਮੈਂ ਕਹਿ ਰਿਹਾ ਕਿ ਆਰਟਿਸਟ ਨਹੀਂ ਬਣਦੇ, ਆਰਟਿਸਟ ਆਲਾ ਤੋਂ ਆਲਾ ਬਣਦੇ ਜੀ, ਪਰ ਜਿਹੜਾ ਫੋਕ ਆਰਟਿਸਟ ਹੁੰਦਾ ਇਹ ਪੈਦਾ ਹੁੰਦਾ, ਪੈਦਾਇਸ਼ੀ ਹੁੰਦਾ, ਔਰ ਖੁਦਾ ਚਾਹੇ ਤਾਂ ਬਾਰ ਬਾਰ ਉਹ ਬੂਟੇ ਜਿਹੜੇ ਨੇ ਉਹ ਫਲੋਰ ਹੁੰਦੇ ਰਹਿੰਦੇ ਨੇ, ਆਉਂਦੇ ਰਹਿੰਦੇ ਨੇ। ਸੋ ਮੈਂ ਸਮਝਦਾ ਕਿ ਉਸ ਘਰ ਦੇ ਵਿੱਚ ਮੇਰਾ ਫਿਰ ਜਨਮ ਹੁੰਦਾ, ਅਤੇ ਫਿਰ ਅੱਗੋਂ ਚਿਮਟਾ ਲੈ ਕੇ ਮੈਂ ਰਵਾਇਤੀ ਤੌਰ 'ਤੇ ਚੱਲ ਪੈਂਦਾ। ਅੱਗੋਂ ਮੇਰੇ ਤਿੰਨ ਰੱਬ ਨੇ ਪੁੱਤਰ ਮੈਨੂੰ ਦਿੱਤੇ ਨੇ, ਉਹ ਵੀ ਆਸ਼ਿਕ ਨਿਕਲੇ ਮੇਰੇ, ਅਤੇ ਉਹ ਵੀ ਪੜ੍ਹ ਲੈਂਦੇ, ਲੇਕਿਨ ਤਾਲੀਮ ਹਾਸਲ ਕਰ ਰਹੇ ਨੇ, ਪੜ੍ਹ ਰਹੇ ਨੇ, ਲੇਕਿਨ ਨਾਲ ਨਾਲ ਉਹ ਆਪਣੇ ਰੂਟਸ ਨੂੰ, ਆਪਣੇ ਫੋਕ ਅੰਗ ਨੂੰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅੱਗੇ ਲੈ ਕੇ ਜਾਣ ਦੀ। ਜੀ ਅਸੀਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਾਂਗੇ, ਤੁਸੀਂ ਆਸਟ੍ਰੇਲੀਆ ਦੀ ਧਰਤੀ 'ਤੇ ਆ ਕੇ ਸਾਨੂੰ ਇੱਕ ਫਨਕਾਰ ਨੂੰ ਦੇਖਣ ਦਾ ਮੌਕਾ ਦਿੰਦੇ ਹੋ, ਅਤੇ ਸਾਨੂੰ ਇੰਨਾ ਕੁ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਅਤੇ ਥੈਂਕ ਯੂ ਕਰਦੇ ਹਾਂ, ਕਿਉਂਕਿ ਇਸ ਦੇ ਨਾਲ ਤੁਸੀਂ ਕਿਹੜੀ ਇਗਜ਼ਾਮਪਲ ਦੇ ਰਹੇ ਹੋ, ਕਿਉਂਕਿ ਸਪੈਸ਼ਲੀ ਬੱਚਿਆਂ ਨੂੰ ਜੋ ਮੋਟੀਵੇਸ਼ਨ ਮਿਲਦੀ ਹੈ ਜਦ ਤੁਹਾਡੇ ਬੱਚੇ ਪਰਫੋਰਮ ਕਰਦੇ ਆ, ਮੈਨੂੰ ਪਤਾ ਜਾਂ ਫੈਮਿਲੀ ਆਏਗੀ ਤਾਂ ਉਹਨੂੰ ਕਿੰਨਾ ਵੱਡਾ ਇੱਕ ਇਗਜ਼ਾਮਪਲ, ਇੱਕ ਮੈਸੇਜ ਜਾਂਦਾ ਆ, ਬੱਚੇ ਤੁਹਾਡੇ ਬੱਚਿਆਂ ਨੂੰ ਦੇਖ ਕੇ ਸਿੱਖਣ ਲੱਗ ਪਏ ਆ, ਅਸੀਂ ਦੇਖਦੇ ਹਾਂ ਕਿ ਉਹ ਵੀ ਗਾ ਰਹੇ ਨੇ, ਅਤੇ ਇਹ ਬਹੁਤ ਵੱਡਾ ਇੱਕ ਮੈਸੇਜ ਹੈਗਾ ਆ ਜਿਹੜਾ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਵੀ ਹੈਗਾ। ਇਹ ਕਦੀ ਵੀ ਮੁਮਕਿਨ ਨਾ ਹੁੰਦਾ ਜੇ ਸਾਰੇ ਲੋਕ ਸਾਡੇ ਕੋਲ ਇੱਕ ਪਲੇਟਫਾਰਮ 'ਤੇ ਇਕੱਠੇ ਨਾ ਹੁੰਦੇ। ਇਹਦੇ ਵਿੱਚ ਜਿੰਨੀ ਔਰਗਨਾਈਜੇਸ਼ਨ ਹੈ, ਜਤਿੰਦਰ ਭਾਈ ਦੇ ਨਾਲ ਜਿੰਨੇ ਲੋਕ ਜੁੜੇ ਹੋਏ ਨੇ, ਉਹਨਾਂ ਨੇ ਜੇ ਇਹਨੂੰ ਪਲਾਨ ਕੀਤਾ ਔਰ ਇਹਨੂੰ ਸਟੇਜ 'ਤੇ ਲੈ ਕੇ ਆਏ, ਅਤੇ ਲੋਕ ਆਪਣੀ ਫੈਮਲੀਆਂ ਲੈ ਕੇ ਅਤੇ ਸਾਡੇ ਹਾਲ 'ਚ ਪਹੁੰਚੇ, ਤਾਂ ਜਾ ਕੇ ਲੋਕਾਂ ਦੇ ਕੋਲ ਇੱਕ ਮੈਸੇਜ ਜਿਹੜਾ ਜਾ ਚੁੱਕਿਆ,
ਔਰ ਜਿਹੜਾ ਕਿ ਅੱਜ ਇੱਕ ਮੈਂ ਸਮਝਦਾ ਕਿ ਇੱਕ ਸਨਦ ਬਣ ਗਈ, ਇੱਕ ਇੱਕ ਤਾਰੀਖ ਬਣ ਗਈ ਕਿ ਅਸੀਂ ਫੈਮਿਲੀ ਦਾ ਸ਼ੋਅ ਲੈ ਕੇ ਆਏ ਔਰ ਬੇਪਨਾਹ ਲੋਕਾਂ ਕੋਲੋਂ ਚੰਗਾ ਇੱਕ ਕੀ ਉਹਨੂੰ ਕਹਿੰਦੇ ਨੇ ਕਿ ਸ਼ਾਬਾਸ਼ੀ ਮਿਲੀ, ਅਤੇ ਮੈਨੂੰ ਬੜਾ ਅੱਛਾ ਫੀਲ ਹੋ ਰਿਹਾ। ਲੇਕਿਨ ਮੈਂ ਇਹਦੇ ਨਾਲ ਨਾਲ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ, ਤੁਹਾਡੇ ਨੈਟਵਰਕ ਦਾ, ਤੁਹਾਡੇ ਤਮਾਮ ਜਿੰਨੇ ਵੀ ਕਰੂ ਕੰਮ ਕਰਦੇ ਨੇ, ਤੁਹਾਡੇ ਡਾਇਰੈਕਟਰ, ਜਿਤਨੇ ਵੀ ਜਿੱਥੋਂ ਜਿੱਥੇ ਜਿਹਦੇ ਜਿਹਦੇ ਰਾਹੀਂ ਮੇਰੀ ਆਵਾਜ਼ ਜਾਂਦੀ ਪਈ, ਤੁਹਾਡਾ ਮੈਂ ਬੇਪਨਾਹ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਰਾਹੀਂ ਮੈਂ ਲੋਕਾਂ ਨਾਲ, ਆਪਣੇ ਪਿਆਰ ਕਰਨ ਵਾਲਿਆਂ ਨਾਲ, ਆਪਣੇ ਚਾਹਣ ਵਾਲੇ ਨਾਲ ਕੁਛ ਗੱਲਾਂ ਸਾਂਝੀਆਂ ਕਰ ਲਵਾਂ। ਜੀ, ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਨਾਲ ਦੀਆਂ ਔਰਗਨਾਈਜ਼ਰ ਦਾ ਜਤਿੰਦਰ ਜੀ ਦਾ, ਐਂਡ ਉਹਨੇ ਕਹਿੰਦੇ ਕਿ ਸਾਰੀ ਟੀਮ ਦਾ ਕਿਹੜੀ ਕਿ ਮਿਹਨਤ ਕਰਦੀ ਪਈ ਹੈ ਇੱਥੇ ਭੀਮ ਜੀ ਦਾ, ਅਤੇ ਬਹੁਤ ਬਹੁਤ ਸ਼ੁਕਰੀਆ ਜੀ ਕਿ ਆਸਟ੍ਰੇਲੀਆ ਦੀ ਧਰਤੀ 'ਤੇ ਸਾਡੇ ਕੋਲ ਆਏ। ਅਤੇ ਤੁਸੀਂ ਜਾਂਦੇ ਆ, ਤੁਸੀਂ ਇੰਨੀ ਦੇਰ ਬਾਅਦ ਕਿਉਂ ਆਉਂਦੇ ਹੋ, ਤੁਸੀਂ ਹਰ ਸਾਲ ਕਿਉਂ ਨਹੀਂ ਆਉਂਦੇ? ਹਾਂਜੀ, ਬਸ ਜਲਦ ਨਸੀਬ ਲੈ ਕੇ ਆਉਂਦਾ, ਕੁਛ ਚੀਜ਼ਾਂ ਇਨਸਾਨ ਦੇ ਵੱਸ 'ਚ ਹੁੰਦੀਆਂ, ਕੁਛ ਚੀਜ਼ਾਂ ਵੱਸ ਨਹੀਂ ਹੁੰਦੀਆਂ, ਵਿੱਚ ਕੋਵਿਡ ਵੀ ਆ ਗਿਆ ਜਿਹਦੀ ਵਜ੍ਹਾ ਕਰਕੇ ਥੋੜ੍ਹਾ ਗੈਪ ਆ ਗਿਆ। ਸੋ ਮੈਂ ਸਮਝਦਾ ਕਿ ਜੋ ਹੁੰਦਾ ਚੰਗਿਆਈ ਵਾਸਤੇ ਹੁੰਦਾ, ਚੰਗੇ ਵਾਸਤੇ ਹੁੰਦਾ, ਜੋ ਵਕਤ ਗੁਜ਼ਰਦਾ ਮੇਰੇ ਰੱਬ ਦੀ ਰਹਿਮਤ 'ਚ ਗੁਜ਼ਰਦਾ, ਔਰ ਰੱਬ ਹੀ ਚਾਹੇ ਤਾਂ ਸਬਬ ਬਣਾ ਦਿੰਦਾ ਅਤੇ ਫਿਰ ਆ ਜਾਵੇ ਜੀ। ਅਤੇ ਮੈਂ ਜਾਂਦੇ ਹੋਏ ਇੱਕ ਵਾਰੀ ਰਾਜਾ ਤਸੀ ਐਂਡ ਬੀਮ ਜੀ ਅਤੇ ਜਤਿੰਦਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗਾ। ਇੰਡਸ ਏਜ ਐਂਡ ਫਰੈਂਡਸ ਵਰਲਡ ਟੀ ਵੀ ਦੇ ਤਰਫੋਂ ਮੈਂ ਵਰੁਣ ਤਿਵਾਰੀ ਅਤੇ ਅੱਜ ਮੇਰੇ ਨਾਲ ਨੇ ਸਾਡੇ ਲਿਵਿੰਗ ਲੈਜੈਂਡ ਆਰਿਫ ਲਾਹੌਰ ਜੀ। ਥੈਂਕ ਯੂ, ਥੈਂਕ ਯੂ, ਸ਼ੁਕਰੀਆ, ਥੈਂਕ ਯੂ। Australia's first Indian magazine to have a national reach. Indus Age is the largest circulated South Asian magazine in Australia with 5 simultaneous editions. 55,000 copies printed monthly. 220,000 readers. Largest network of clients. Undisputed leader in community news. Indus Age is circulated in Sydney, Melbourne, Adelaide, Brisbane and Perth to over 525 outlets. Grab your copy now to get the latest on the community, news from India, Bollywood, music and much more. For more info, log on to www.indusage.com.au. Thank you.